ਅੱਪਾ ਗੱਲ ਕਰਾਂਗੇ ਸ਼ੈਰੀਮਾਨ ਬਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਆਏ ਦਿਨ ਸ਼ੈਰੀਮਾਨ ਲਾਈਵ ਆਉਂਦਾ ਹੀ ਰਹਿੰਦਾ ਹੈ ਤਾਂ ਸ਼ੈਰੀਮਾਨ ਤੋਂ ਆਪਣੇ ਕਿਸੇ ਲਾਈਵ ਵਿੱਚ ਕੁਝ ਐਦਾਂ ਦਾ ਬੋਲਿਆ ਗਿਆ ਕਿ ਇੱਕ ਸਿੱਖ ਕੌਮ ਦਾ ਵਿਅਕਤੀ ਕਹਿ ਰਿਹਾ ਹੈ ਕਿ ਤੂੰ ਗੁਰੂ ਸ਼ਬਦ ਨੂੰ ਮਾੜਾ ਬੋਲਦਾ ਇਸ ਲਈ ਸ਼ੈਰੀਮਾਨ ਵੀ ਵੱਡੇ ਵਿਵਾਦ ਵਿੱਚ ਗਿਰ ਚੁੱਕੇ ਨੇ ਬਾਕੀ ਉਹ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਓਏ ਆ ਸ਼ੈਰੀਮਾਨ ਜਿਆ ਕੌਣ ਆ ਤੂੰ ਸ਼ੈਰੀਆਂ ਕੇ ਪਿੰਡੂ ਵਾ ਤੇਰੇ ਵਜਣੀਆਂ ਬਹੁਤੀ ਤੇਰੇ ਤੂੰ ਗੁਰੂ ਸ਼ਬਦ ਨੂੰ ਮਾਲਾ ਚੰਗਾ ਬੋਲਦਾ ਕੌਣਾ ਤੂੰ ਐ ਬਦਮਾਸ਼ਾ ਵੜਿਆ ਬੱਜ ਕੇ ਰਹੀ ਹੁਣ ਸਿੱਖਾਂ ਨੇ ਤੇਰੀ ਹਾਲਤ ਬੜੀ ਮਾਰੀ ਕਰਨੀ ਜੇ ਦੂਜੇ ਪਾਸੇ ਆਪਾਂ ਗੱਲ ਕਰੀਏ ਕਰਨ ਔਜਲਾ ਦੀ ਤਾਂ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਵਿੱਚ ਲਿਖਿਆ ਬੀਟੀ ਡਬਲਯੂ ਅਲੋਟ ਮੋਰ ਆਫਟਰ 댓 ਏ ਮੰਥ ਹੈਜ਼ 30 ਡੇਸ ਇਸ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਵੀ ਬਹੁਤ ਕੁਝ ਆ ਰਿਹਾ ਇਹ ਤਾਂ ਤੁਸੀਂ ਜਾਣਦੇ ਹੋ ਕਿ ਮਹੀਨੇ 'ਚ 30 ਦਿਨ ਹੁੰਦੇ ਨੇ ਤਾਂ ਕਰਨ ਔਜਲਾ ਦੀ ਇਸ ਗੱਲ ਤੋਂ ਲੱਗ ਰਿਹਾ ਹੈ ਕਿ ਹੁਣ ਕਰਨ ਉਹ ਜਲਾ ਮਹੀਨੇ ਵਿੱਚ 2 ਜਾਂ 3 ਗਾਣੇ ਰਿਲੀਜ਼